ਘਰੇਲੂ ਹਿੰਸਾ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਕਈ ਮਾਮਲਿਆਂ ਵਿੱਚ ਤਾਂ ਇਸ ਨੇ ਖੂਨੀ ਰੂਪ ਵੀ ਧਾਰਨ ਕਰ ਲਿਆ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਗੁਰਦੇਵ ਨਗਰ ਤੋਂ, ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪਹਿਲਾਂ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ACP ਜਤਿੰਦਰ ਸਿੰਘ ਨੇ ਦੱਸਿਆ ਕਿ ਗੁਰਦੇਵ ਨਗਰ ਦੇ ਵਿੱਚ ਇੱਕ ਪ੍ਰਵਾਸੀ ਪਰਿਵਾਰ ਰਹਿੰਦਾ ਸੀ ਜੋ ਕਿ ਪ੍ਰੈਸ ਦਾ ਕੰਮ ਕਰਦਾ ਹੈ। ਬੀਤੀ ਰਾਤ ਮੁਕੇਸ਼ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਅਤੇ ਫਿਰ ਖੁਦ ਵੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਗੁਰਦੇਵ ਨਗਰ ਦੇ ਏਰੀਏ 'ਚ ਹੋਇਆ, PVR ਦੀ ਬੈਕ ਸਾਈਡ 'ਤੇ। ਇਹ ਪ੍ਰਵਾਸੀ ਪਰਿਵਾਰ ਸੀ, ਇੱਕ ਰਹਿੰਦਾ ਇੱਥੇ, ਪ੍ਰੈਸ ਦਾ ਕੰਮ ਕਰਦਾ ਸੀਗਾ। ਮੁਕੇਸ਼ ਕੁਮਾਰ ਨਾਂ ਦਾ ਆਦਮੀ ਸੀ ਜਿਹਦੇ ਪਰਿਵਾਰ ਸੀ ਇੱਥੇ। ਉਹਨੇ ਰਾਤ ਆਪਣੀ ਵਾਈਫ ਦਾ ਗਲਾ ਕਿਸੇ ਤੇਜ਼ਧਾਰ ਹਥਿਆਰ ਨਾਲ ਕੱਟਿਆ ਅਤੇ ਉਸ ਤੋਂ ਬਾਅਦ ਉਹਨੇ ਆਪ ਵੀ ਕੁਛ ਪੋਇਜ਼ਨ ਲੈ ਲਿਆ, ਜਿਹਨੂੰ ਰਜਿੰਦਰਾ ਹਸਪਤਾਲ ਭੇਜਿਆ ਗਿਆ ਸਿਵਲ ਹਸਪੀਟਲ ਤੋਂ। ਬਾਕੀ ਜੋ ਬਣਦੀ ਕਾਰਵਾਈ ਅਸੀਂ ਕਰ ਰਹੇ ਹਾਂ। ਹਾਂ, ਇਹ ਤਾਂ ਡਾਕਟਰ ਦੱਸਣਗੇ। ਅਜੇ ਕੁਛ ਖਾਧਾ ਹੋਇਆ, ਡਰਿੰਕ ਵੀ ਉਹਦੀ ਜ਼ਿਆਦਾ ਕੀਤੀ ਸੀ ਦੱਸਦੇ ਆ ਰਾਤ। ਅਜੇ ਜੋ ਮੌਕੇ ਤੋਂ ਪਤਾ ਲੱਗਿਆ ਉਹ ਤਾਂ ਉਹਦੇ 'ਤੇ ਹੀ ਹੈ, ਉਹਦੇ ਹਸਬੈਂਡ ਨੇ ਕੀਤਾ, ਕਿਉਂਕਿ ਉਹਦਾ ਬੇਟਾ ਵੱਡਾ 17 ਸਾਲ ਤੋਂ ਦੱਸ ਰਿਹਾ ਵੀ ਪਾਪਾ ਨੇ ਮਾਰਿਆ ਉਹਨੂੰ। ਬਾਕੀ ਤਫਤੀਸ਼ ਜਾਰੀ ਹੈ ਜੀ, ਅਜੇ ਸਰਚ ਕਰ ਰਹੇ ਹਾਂ। ਗੁਰਦੇਵ ਨਗਰ ਹੈ, 2986 ਨੰਬਰ ਕੋਠੀ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਸ਼੍ਰੀ ਸ਼ਾਮ ਜੋਤਿਸ਼ ਕੇਂਦਰ ਗੁਰਾਇਆ, ਜੋ 24 ਘੰਟਿਆਂ ਵਿੱਚ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਹੱਲ। ਜੇਕਰ ਤੁਹਾਡਾ ਪਤੀ, ਪ੍ਰੇਮੀ ਜਾਂ ਬੇਟਾ ਕਿਸੇ ਦੇ ਵਸ ਵਿੱਚ ਹੈ ਤਾਂ ਘਬਰਾਉਣਾ। ਪਿਆਰ ਵਿੱਚ ਧੋਖਾ ਖਾਤੇ ਪ੍ਰੇਮੀ ਪ੍ਰੇਮਿਕਾ ਜਲਦ ਸੰਪਰਕ ਕਰਨ, ਅਸੀਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਕੋਰਟ ਕਚਹਿਰੀ ਵਿੱਚ ਜਿੱਤ ਜਾਂ ਵਿਦੇਸ਼ ਯਾਤਰਾ, ਇੱਕ ਫੋਨ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ। ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ ਪੰਡਿਤ VK ਸ਼ਾਸਤਰੀ 0996268782।